ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਪੀ ਐੱਸ ਟੈਟ ਸਟੱਡੀ ਨੋਟਸ ਦੇ ਉੱਪਰ ਜੀ ਪੀ ਐੱਸ ਟੈਟ 2 ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀਆਂ ਦੇ ਲਈ ਜਿਨ੍ਹਾਂ ਦਾ ਕੰਪੀਟੀਸ਼ਨ ਐੱਸ ਐੱਸ ਟੀ ਹੈ ਜੀ। ਅੱਜ ਆਪਾਂ ਕਰਾਂਗੇ ਜੀ ਮੌਕ ਟੈਸਟ 21 ਹੈ ਜੀ, ਇਸ ਤੋਂ ਪਹਿਲਾਂ 20 ਮੌਕ ਟੈਸਟ ਔਰ ਇੱਕ ਇੱਕ ਟੋਪਿਕ ਦੀਆਂ ਵੀਡੀਓ, ਸਿਵਿਕਸ ਜੋਗ੍ਰਾਫੀ ਹਿਸਟਰੀ ਦੀਆਂ ਅਲੱਗ ਅਲੱਗ ਵੀਡੀਓ ਅਪਲੋਡ ਨੇ। ਇਸ ਤੋਂ ਇਲਾਵਾ ਚਾਈਲਡ ਡਿਵੈਲਪਮੈਂਟ, ਪੰਜਾਬੀ ਪੈਡਾਗੋਜੀ ਔਰ ਈ ਵੀ ਐੱਸ ਦੀਆਂ ਵੀਡੀਓ ਆਪਾਂ ਅਪਲੋਡ ਕਰ ਚੁੱਕੇ ਹਾਂ ਜੋ ਕਿ ਬਿਲਕੁਲ ਸਿਲੇਬਸ ਦੇ ਅਕੋਰਡਿੰਗ ਨੇ ਔਰ ਬਹੁਤ ਹੈਲਪਫੁਲ ਨੇ ਜੀ ਪੀ ਐੱਸ ਟੈਟ ਦੀ ਪ੍ਰੈਪਰੇਸ਼ਨ ਵਾਸਤੇ। ਜਿਹੜੇ ਵਿਦਿਆਰਥੀ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟ ਵਿੱਚ ਜਾ ਕੇ ਇਸ ਤੋਂ ਪਹਿਲਾਂ ਜਿੰਨੀਆਂ ਵੀ ਅਪਲੋਡ ਵੀਡੀਓ ਨੇ ਦੇਖ ਸਕਦੇ ਨੇ ਔਰ ਵੀਡੀਓ ਦੇ ਅੰਤ ਦੇ ਵਿੱਚ ਜਿਹੜੀ ਪਲੇਲਿਸਟ ਆ ਸ਼ੋ ਹੋ ਜਾਏਗੀ। ਸਟਾਰਟ ਕਰਦੇ ਜੀ ਅੱਜ ਦਾ ਮੌਕ ਟੈਸਟ। ਕੁਐਸਚਨ ਨੰਬਰ 1 ਹੈ ਜੀ, ਪੇਂਡੂ ਸਥਾਨਕ ਸ਼ਾਸਨ ਦੀ ਵਿਚਕਾਰਲੀ ਕੜੀ ਹੁੰਦੀ ਹੈ। ਆਪਸ਼ਨ ਏ ਜੀ ਪੰਚਾਇਤ ਸੰਮਤੀ, ਬੀ ਹੈ ਜੀ ਜ਼ਿਲ੍ਹਾ ਪਰਿਸ਼ਦ, ਸੀ ਹੈ ਜੀ ਗ੍ਰਾਮ ਪੰਚਾਇਤ, ਡੀ ਹੈ ਜੀ ਨਗਰ ਪੰਚਾਇਤ। ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਏ, ਪੰਚਾਇਤ ਸੰਮਤੀ ਜਿਹੜੀ ਹੈ ਵਿਚਕਾਰਲੀ ਹੈ ਜੀ, ਵਿਚਕਾਰਲੀ ਕੜੀ ਹੈ। ਸਭ ਤੋਂ ਪਹਿਲੇ ਨੰਬਰ 'ਤੇ ਹੁੰਦੀ ਜੀ ਗ੍ਰਾਮ ਪੰਚਾਇਤ, ਜਾਂ ਦੂਸਰੇ ਨੰਬਰ 'ਤੇ ਜੀ ਪੰਚਾਇਤ ਸੰਮਤੀ, ਜਾਂ ਜਿਹਨੂੰ ਆਪਾਂ ਬਲਾਕ ਸੰਮਤੀ ਕਹਿੰਦੇ ਹਾਂ ਜੀ। ਔਰ 100 ਪਿੰਡਾਂ ਨੂੰ ਮਿਲਾ ਕੇ ਜਿਹੜੀ 100 ਪੰਚਾਇਤਾਂ ਨੂੰ ਮਿਲਾ ਕੇ ਇੱਕ ਪੰਚਾਇਤ ਸੰਮਤੀ ਜਾਂ ਬਲਾਕ ਸੰਮਤੀ ਜਿਹੜੀ ਬਣਦੀ ਹੈ। ਔਰ ਸਭ ਤੋਂ ਉੱਪਰਲੀ ਜਿਹੜੀ ਕੜੀ ਹੈ ਉਹ ਜ਼ਿਲ੍ਹਾ ਪਰਿਸ਼ਦ ਹੁੰਦੀ ਹੈ ਜੀ, ਵਿਚਕਾਰਲੀ ਪੰਚਾਇਤ ਸੰਮਤੀ ਜੀ। ਔਰ ਬਲਾਕ ਸੰਮਤੀ ਜਿਹੜੀ ਹੈ ਇਸ ਨੂੰ ਗ੍ਰਾਮ ਪੰਚਾਇਤ ਦੀਆਂ ਸਮੱਸਿਆਵਾਂ ਅਤੇ ਪਿੰਡਾਂ ਦੇ ਵਿਕਾਸ ਦੇ ਲਈ ਜਿਹੜੀ ਇਸ ਦੀ ਸਥਾਪਨਾ ਕੀਤੀ ਜਾਂਦੀ ਹੈ। ਔਰ ਬਲਾਕ ਸੰਮਤੀ ਦੀ ਚੋਣ ਲੜਨ ਲਈ ਜਿਹੜੀ ਉਮਰ ਹੈ ਘੱਟੋ ਘੱਟ 21 ਸਾਲ ਹੋਣੀ ਚਾਹੀਦੀ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 2, ਮੱਛੀ ਪਾਲਣ ਅਤੇ ਸ਼ਹਿਦ ਦੀ ਮੱਛੀ ਪਾਲਣ ਕਿਹੜੀ ਖੇਤੀ ਵਿੱਚ ਆਉਂਦਾ ਜੀ? ਆਪਸ਼ਨ ਏ ਹੈ ਜੀ ਵਪਾਰਕ ਖੇਤੀ, ਬੀ ਹੈ ਜੀ ਵਿਸ਼ਾਲ ਖੇਤੀ, ਸੀ ਹੈ ਜੀ ਸਹਿਕਾਰੀ ਖੇਤੀ, ਡੀ ਹੈ ਜੀ ਮਿਸ਼ਰਤ ਖੇਤੀ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਡੀ। ਸੋ ਮਿਸ਼ਰਤ ਖੇਤੀ ਦੇ ਵਿੱਚ ਆਉਂਦਾ ਜੀ ਮੱਛੀ ਪਾਲਣ ਅਤੇ ਸ਼ਹਿਦ ਪਾਲਣਾ ਜੀ। ਜਿਹੜਾ ਫਸਲਾਂ ਸਬਜ਼ੀਆਂ ਫਸਲਾਂ ਦੀ ਖੇਤੀ ਦੇ ਨਾਲ ਨਾਲ ਮਧੂ ਮੱਖੀ ਪਾਲਣ ਹੋ ਗਿਆ, ਮੱਛੀ ਪਾਲਣ ਹੋ ਗਿਆ, ਜਾਂ ਆਪਾਂ ਸੂਰ ਫਾਰਮ ਵਗੈਰਾ ਵੀ ਜਿਹੜੇ ਬਣਦੇ ਨੇ ਜੀ, ਇਹ ਸਾਰਾ ਮਿਸ਼ਰਤ ਖੇਤੀ ਦੇ ਵਿੱਚ ਆਉਂਦਾ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 2 ਹੈ ਜੀ, ਜਾਵਾ ਦੇ ਜਵਾਲਾਮੁਖੀ ਪਰਬਤਾਂ ਦੀਆਂ ਢਲਾਣਾਂ 'ਤੇ ਕਿਹੜੀ ਫਸਲ ਦੀ ਖੇਤੀ ਕੀਤੀ ਜਾਂਦੀ ਹੈ ਜੀ? ਆਪਸ਼ਨ ਹੈ ਜੀ ਕੌਫੀ, ਬੀ ਹੈ ਜੀ ਚਾਵਲ, ਸੀ ਹੈ ਜੀ ਚਾਹ, ਡੀ ਹੈ ਜੀ ਆੜੂ ਅਤੇ ਸੇਬ। ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਸੀ ਜੀ। ਸੋ ਚਾਹ ਦੀ ਖੇਤੀ ਜਿਹੜੀ ਆਪਾਂ ਨੂੰ ਪਤਾ ਹੈ ਕਿ ਪਰਬਤਾਂ ਦੀਆਂ ਢਲਾਣਾਂ 'ਤੇ ਕੀਤੀ ਜਾਂਦੀ ਤਾਂ ਕਿ ਇਸਦੀਆਂ ਜੜ੍ਹਾਂ ਦੇ ਵਿੱਚ ਪਾਣੀ ਖੜ੍ਹ ਕੇ ਖਰਾਬ ਨਾ ਹੋਣ ਜੀ। ਔਰ ਜਾਵਾ ਦੇ ਜਿਹੜੇ ਜਵਾਲਾਮੁਖੀ ਦੇ ਪਰਬਤ ਨੇ ਉਸ ਦੀਆਂ ਢਲਾਣਾਂ 'ਤੇ ਵੀ ਚਾਹ ਦੀ ਖੇਤੀ ਕੀਤੀ ਜਾਂਦੀ। ਕੁਐਸਚਨ ਨੰਬਰ ਹੈ ਜੀ ਅੱਗੇ 4 ਹੈ ਜੀ, ਐਕਟ 1956 ਈਸਵੀ ਦੇ ਅਧੀਨ ਬਣਨ ਵਾਲਾ ਭਾਰਤ ਦਾ ਪਹਿਲਾ ਰਾਜ। ਸੋ 1956 ਦਾ ਜਿਹੜਾ ਐਕਟ ਸੀ ਜੀ ਭਾਸ਼ਾ ਦੇ ਆਧਾਰ 'ਤੇ ਉਸ 'ਤੇ ਜਿਹੜੀ ਹੈ ਸੰਗਠਨ ਕੀਤਾ ਗਿਆ ਸੀ ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦਾ ਜੀ। ਇੱਕ ਵੀਡੀਓ ਦੇ ਵਿੱਚ ਮੱਧ ਪ੍ਰਦੇਸ਼ ਬੋਲਿਆ ਗਿਆ ਸੀ ਜੀ, ਸੋ ਉਹਦੇ ਲਈ ਮਾਫੀ ਚਾਹੁੰਦੇ ਹਾਂ ਜੀ ਕਿਉਂਕਿ ਬਾਏ ਮਿਸਟੇਕ ਜਿਹੜਾ ਹੈ ਗਲਤ ਬੋਲਿਆ ਗਿਆ ਜੀ। ਸਹੀ ਜਿਹੜਾ ਉਸਦਾ ਆਂਸਰ ਸੀ ਭਾਸ਼ਾ ਦੇ ਆਧਾਰ 'ਤੇ ਜਿਹੜਾ ਪਹਿਲਾ ਰਾਜ ਬਣਿਆ ਸੀ ਉਹ ਆਂਧਰਾ ਪ੍ਰਦੇਸ਼ ਬਣਿਆ ਸੀ ਜੀ। ਕਿਹੜੀ ਭਾਸ਼ਾ ਦੇ ਆਧਾਰ 'ਤੇ ਬਣਿਆ ਸੀ ਜੀ ਇਹ ਦੱਸਣਾ ਆਪਾਂ? ਆਪਸ਼ਨ ਹੈ ਜੀ ਤੇਲਗੂ, ਬੀ ਹੈ ਜੀ ਤਾਮਿਲ, ਸੀ ਹੈ ਜੀ ਕੰਨੜ, ਡੀ ਹੈ ਜੀ ਮਲਿਆਲਮ। ਤਾਂ ਸਹੀ ਆਂਸਰ ਹੈ ਜੀ ਆਪਸ਼ਨ ਏ ਜੀ, ਤੇਲਗੂ ਭਾਸ਼ਾ ਦੇ ਆਧਾਰ 'ਤੇ ਜਿਹੜਾ ਬਣਿਆ ਸੀ ਜੀ। ਇਹ ਵੀ ਪੁੱਛਿਆ ਜਾ ਸਕਦਾ ਕਿ ਜਿਹੜਾ ਰਾਜਾਂ ਦੀ ਵੰਡ ਜਾਂ ਅਲੱਗ ਰਾਜ ਬਣਾਉਣ ਲਈ ਜਿਹੜਾ 1956 ਦਾ ਜਿਹੜਾ ਐਕਟ ਬਣਿਆ ਸੀ ਉਹ ਕਿਸ ਆਧਾਰ 'ਤੇ ਬਣਿਆ ਸੀ? ਤਾਂ ਭਾਸ਼ਾ ਦੇ ਆਧਾਰ 'ਤੇ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 5, ਕਿਹੜੀ ਰਿਆਸਤ ਨਾ ਭਾਰਤ ਅਤੇ ਨਾ ਹੀ ਪਾਕਿਸਤਾਨ ਵਿੱਚ ਸ਼ਾਮਿਲ ਹੋਣਾ ਚਾਹੁੰਦੀ ਸੀ ਜੀ? ਆਪਸ਼ਨ ਏ ਜੀ ਹੈਦਰਾਬਾਦ, ਬੀ ਹੈ ਜੀ ਪਟਿਆਲਾ, ਸੀ ਹੈ ਜੂਨਾਗੜ੍ਹ, ਡੀ ਹੈ ਜੀ ਕਸ਼ਮੀਰ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਡੀ ਜੀ, ਕਸ਼ਮੀਰ ਜਿਹੜੀ ਰਿਆਸਤ ਹੈ ਉਹ ਨਾ ਭਾਰਤ ਅਤੇ ਨਾ ਪਾਕਿਸਤਾਨ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੀ ਸੀ ਜੀ। ਗੱਲ ਕਰੀਏ ਜੇ ਆਪਾਂ ਬੀਕਾਨੇਰ ਦੀ ਔਰ ਪਟਿਆਲਾ ਰਿਆਸਤ ਦੀ, ਤਾਂ ਇਹਨਾਂ ਨੇ ਜਿਹੜੀ ਹੈ ਭਾਰਤ ਦੇ ਏਕੀਕਰਨ ਵਿੱਚ ਭਾਰਤ ਸੰਘ ਦੀ ਮਦਦ ਕੀਤੀ ਸੀ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 6 ਹੈ ਜੀ, ਕਿਸ ਦੀ ਮਦਦ ਨਾਲ ਧਰਤੀ ਨੂੰ 3 ਤਾਪ ਖੰਡਾਂ ਵਿੱਚ ਵੰਡਿਆ ਗਿਆ ਜੀ? ਆਪਸ਼ਨ ਏ ਹੈ ਜੀ ਦਿਸ਼ਾਂਤਰ, ਬੀ ਹੈ ਜੀ ਭੂਮਧ ਰੇਖਾ, ਸੀ ਹੈ ਜੀ ਅਕਸ਼ਾਂਸ਼ਾਂ, ਡੀ ਹੈ ਜੀ ਕਰਕ ਅਤੇ ਮਕਰ ਰੇਖਾ। ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਸੀ ਜੀ। ਸੋ ਅਕਸ਼ਾਂਸ਼ ਜਿਨ੍ਹਾਂ ਨੂੰ ਆਪਾਂ ਜਿਹੜਾ ਹੈ ਲੈਟੀਟਿਊਡ ਕਹਿੰਦੇ ਹਾਂ ਜੀ ਇੰਗਲਿਸ਼ ਦੇ ਵਿੱਚ, ਗਲੋਬ ਦੇ ਉੱਤੇ ਖਿੱਚੀਆਂ ਗਈਆਂ ਜਿਹੜੀਆਂ ਸਮਾਨਾਂਤਰ ਰੇਖਾਵਾਂ ਨੇ ਪੂਰਬ ਤੋਂ ਪੱਛਮ ਵੱਲ। ਸੋ ਇਹ ਜਿਹੜਾ ਹੈ ਇਹਨਾਂ ਦੇ ਆਧਾਰ 'ਤੇ ਜਿਹੜੀ ਵੰਡ ਕੀਤੀ ਗਈ ਹੈ ਜੀ ਤਾਪ 3 ਤਾਪਖੰਡਾਂ ਦੇ ਵਿੱਚ ਧਰਤੀ ਦੀ। ਪ੍ਰਮੁੱਖ ਜਿਹੜੇ ਅਕਸ਼ਾਂਸ਼ ਨੇ ਆਪਾਂ ਨੂੰ ਪਤਾ ਹੀ ਹੈ ਜੀ, ਕਰਕ ਰੇਖਾ, ਮਕਰ ਰੇਖਾ ਔਰ ਅੰਟਾਰਕਟਿਕ ਰੇਖਾ, ਆਰਕਟਿਕ ਰੇਖਾ, ਇਹ ਪ੍ਰਮੁੱਖ ਨੇ ਜੀ। 23.5 ਡਿਗਰੀ ਜਿਹੜੇ ਹੈ ਉੱਤਰ ਦੇ ਵਿੱਚ ਕਰਕ ਰੇਖਾ ਹੈ ਜੀ, ਔਰ 23.5 ਡਿਗਰੀ 23.5 ਡਿਗਰੀ ਦੱਖਣ ਦੇ ਵਿੱਚ ਹੈਗੀ ਜੀ ਕਰਕ ਰੇਖਾ ਭਾਰਤ ਦੇ ਵਿੱਚੋਂ, ਸੋਰੀ ਮਕਰ ਰੇਖਾ ਜੀ 23.5 ਡਿਗਰੀ ਦੱਖਣ ਦੇ ਵਿੱਚ, ਔਰ ਭਾਰਤ ਦੇ ਵਿੱਚੋਂ ਜਿਹੜੀ ਹੈ ਕਰਕ ਰੇਖਾ ਉਹ ਨਿਕਲਦੀ ਹੈ ਜੀ ਭਾਰਤ। ਔਰ ਇਹਨਾਂ ਅਕਸ਼ਾਂਸ਼ਾਂ ਦੇ ਆਧਾਰ 'ਤੇ 3 ਤਾਪਖੰਡ ਕਿਹੜੇ ਨੇ ਜੀ?
ਸਭ ਤੋਂ ਪਹਿਲਾਂ ਓਸ਼ਨ ਖੰਡ ਜੀ, ਓਸ਼ਨ ਖੰਡ ਹੈਗਾ ਜੀ 0 ਤੋਂ 10 ਡਿਗਰੀ ਤੱਕ ਜੀ, ਉੱਤਰੀ ਅਰਧ ਗੋਲੇ 'ਚ ਅਤੇ ਦੱਖਣੀ ਅਰਧ ਗੋਲੇ 'ਚ ਜੀ। ਇਹ ਸਭ ਤੋਂ ਵੱਧ ਜਿਹੜਾ ਹੈ ਗਰਮ ਹੁੰਦਾ, ਸੋ ਆਪਾਂ ਡਿਸਕਸ ਵੈਸੇ ਕੀਤਾ ਹੋਇਆ ਜੀ ਗਲੋਬ ਦੇ ਵਿੱਚ। ਸੋ ਇਹ ਭੂਮੱਧ ਰੇਖਾ ਜੀ ਬਿਲਕੁਲ ਜਿਹੜੀ ਵਿੱਚੋਂ ਨਿਕਲਦੀ ਹੈ, ਤਾਂ 10 ਡਿਗਰੀ ਉੱਤਰ ਦੱਖਣ ਦੇ ਵਿੱਚ ਜਿਹੜਾ ਇੱਥੇ ਜਿਹੜਾ ਸਿੱਧੀਆਂ ਭੂਮੱਧ ਰੇਖਾ 'ਤੇ ਜਿਹੜੀਆਂ ਕਿਰਨਾਂ ਸੂਰਜ ਦੀਆਂ ਪੈਂਦੀਆਂ ਨੇ, ਤਾਂ ਇੱਥੇ ਤਾਪਮਾਨ ਜਿਹੜਾ ਸਭ ਤੋਂ ਜ਼ਿਆਦਾ ਹੁੰਦਾ ਜੀ, ਇਹਨੂੰ ਬੋਲਦੇ ਹਾਂ ਜੀ ਓਸ਼ਨ ਖੰਡ। ਅੱਗੇ ਹੈ ਜੀ ਦੂਸਰਾ ਹੈ ਜੀ ਉਪ ਓਸ਼ਨ ਖੰਡ। ਇਹ ਜਿਹੜੀ ਪੱਟੀ ਹੈ ਉੱਤਰੀ ਅਰਧ ਗੋਲੇ ਵਿੱਚ ਕਰਕ ਰੇਖਾ ਅਤੇ ਆਰਕਟਿਕ ਚੱਕਰ ਤੱਕ ਅਤੇ ਦੱਖਣੀ ਅਰਧ ਗੋਲੇ ਵਿੱਚ ਮਕਰ ਰੇਖਾ ਅਤੇ ਆਰਕਟਿਕ ਚੱਕਰ ਤੱਕ ਹੁੰਦੀ ਹੈ ਜੀ। ਸੂਰਜ ਦੀਆਂ ਕਿਰਨਾਂ ਇਸ ਪੱਟੀ 'ਤੇ ਤਿਰਛੀਆਂ ਪੈਂਦੀਆਂ ਨੇ, ਇਸ ਕਰਕੇ ਇਸ ਇਲਾਕੇ ਵਿੱਚ ਗਰਮੀ ਅਤੇ ਸਰਦੀ ਸਧਾਰਨ ਪੈਂਦੀਆਂ ਜੀ। ਤੀਸਰਾ ਹੈ ਸ਼ੀਤ ਖੰਡ ਜੀ। ਇਹ ਤਾਪਖੰਡ ਉੱਤਰੀ ਅਰਧ ਗੋਲੇ ਵਿੱਚ ਆਰਕਟਿਕ ਚੱਕਰ ਅਤੇ ਜਿਹੜਾ ਹੈ ਉੱਤਰੀ ਧਰੁਵ ਵਿਚਾਲੇ ਪੈਂਦੀ ਹੈ, ਅਤੇ ਦੱਖਣੀ ਅਰਧ ਗੋਲੇ ਦੇ ਵਿੱਚ ਅੰਟਾਰਕਟਿਕ ਚੱਕਰ ਅਤੇ ਦੱਖਣੀ ਧਰੁਵ ਵਿਚਾਲੇ ਹੁੰਦੀ ਹੈ। ਇਸ ਪੱਟੀ 'ਤੇ 6 ਮਹੀਨੇ ਦਿਨ ਅਤੇ 6 ਮਹੀਨੇ ਰਾਤ ਹੁੰਦੇ ਨੇ, ਇਸ ਕਰਕੇ ਇੱਥੇ ਸਦਾ ਜਿਹੜਾ ਇਹ ਜਿਹੜਾ ਬਰਫ਼ ਦੇ ਨਾਲ ਢੱਕੇ ਰਹਿੰਦੇ ਨੇ ਜੀ, ਜਿਹੜੇ ਸਭ ਤੋਂ ਉੱਪਰਲੇ ਸਿਰੇ ਨੇ ਜੀ। ਇਹ ਖਾਸ ਤੌਰ 'ਤੇ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਆਪਾਂ ਜਿਹਨੂੰ ਕਹਿੰਦੇ ਹਾਂ ਜੀ, ਔਰ ਇੱਥੇ ਜਿਹੜੇ ਧਰੁਵਾਂ 'ਤੇ 6 ਮਹੀਨੇ ਅਤੇ 6 ਮਹੀਨੇ ਦੀ ਦਿਨ ਅਤੇ 6 ਮਹੀਨੇ ਦਾ ਰਾਤ ਹੁੰਦਾ ਜੀ। ਨੈਕਸਟ ਹੈ ਜੀ ਅਗਲਾ ਕੁਸ਼ਚਨ ਆਪਣਾ, ਜੇ ਧਰਤੀ ਦੇ ਦੁਆਲੇ ਵਾਯੂਮੰਡਲ ਨਾ ਹੁੰਦਾ ਤਾਂ ਕੀ ਪ੍ਰਭਾਵ ਪੈਣਾ ਸੀ? ਆਪਸ਼ਨ ਹੈ ਜੀ ਦਿਨ ਠੰਡੇ ਅਤੇ ਰਾਤਾਂ ਗਰਮ ਹੋਣੀਆਂ ਸੀ, ਬੀ ਹੈ ਜੀ ਦਿਨ ਗਰਮ ਅਤੇ ਰਾਤਾਂ ਠੰਡੀਆਂ ਹੋਣੀਆਂ ਸੀ, ਸੀ ਹੈ ਜੀ ਧਰਤੀ 'ਤੇ ਜੀਵਨ ਸੰਭਵ ਹੀ ਨਾ ਹੁੰਦਾ, ਡੀ ਹੈ ਜੀ ਬੀ ਅਤੇ ਸੀ। ਤਾਂ ਜਿਹੜਾ ਡੀ ਜਿਹੜਾ ਸਹੀ ਆਂਸਰ ਹੈ ਜੀ, ਜੇਕਰ ਵਾਯੂਮੰਡਲ ਨਾ ਹੁੰਦਾ, ਵਾਯੂਮੰਡਲ ਦੇ ਕਾਰਨ ਹੀ ਧਰਤੀ 'ਤੇ ਜਿਹੜਾ ਜੀਵਨ ਹੈ ਉਹ ਸੰਭਵ ਹੈ ਜੀ, ਧਰਤੀ 'ਤੇ ਜੀਵਨ ਹੀ ਸੰਭਵ ਨਹੀਂ ਸੀ ਹੋਣਾ ਜੀ ਜੇਕਰ ਵਾਯੂਮੰਡਲ ਨਾ ਹੁੰਦਾ ਜੀ। ਦੂਸਰਾ ਦਿਨ ਗਰਮ ਅਤੇ ਰਾਤਾਂ ਠੰਡੀਆਂ ਹੋਣੀਆਂ ਸੀ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ ਆਪਣਾ 8 ਹੈ ਜੀ, ਸੰਨਵੀਂ ਜ਼ਮੀਨ ਤੋਂ ਕੀ ਭਾਵ ਹੈ? ਆਪਸ਼ਨ ਹੈ ਜੀ ਹਰ ਸਾਲ ਖੇਤੀ ਕਰਨ ਯੋਗ ਭੂਮੀ, ਬੀ ਹੈ ਜੀ 2 ਜਾਂ 3 ਸਾਲ ਵਿੱਚ ਸਿਰਫ਼ 1 ਵਾਰ ਫਸਲ ਲਈ ਵਰਤੀ ਜਾਣ ਵਾਲੀ ਭੂਮੀ, ਸੀ ਹੈ ਜੀ 1 ਸਾਲ ਤੋਂ ਖਾਲੀ ਪਈ ਜ਼ਮੀਨ, ਡੀ ਹੈ ਜੀ ਸੇਮ ਅਤੇ ਸ਼ੋਰੇ ਦੀ ਮਾਰ ਹੇਠ ਆਈ ਭੂਮੀ। ਤਾਂ ਇਸਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਬੀ ਹੈ ਜੀ, ਸੰਨਵੀਂ ਜ਼ਮੀਨ ਜਾਂ ਸੰਨਵੀਂ ਧਰਤੀ ਕਹਿੰਦੇ ਜੀ 2 ਜਾਂ 3 ਸਾਲ ਵਿੱਚ ਸਿਰਫ਼ 1 ਵਾਰ ਜਿਹੜੀ ਫਸਲ ਉਸਦੇ ਵਿੱਚ ਬੀਜੀ ਜਾਂਦੀ ਹੈ। ਨੈਕਸਟ ਹੈ ਜੀ ਕੁਸ਼ਚਨ ਨੰਬਰ 9, ਰਾਜ ਮਹਾਂਮਾਰਗਾਂ ਜਿਹੜੇ ਸਟੇਟ ਹਾਈਵੇ ਹੁੰਦੇ ਨੇ ਦਾ ਨਿਰਮਾਣ ਅਤੇ ਮੁਰੰਮਤ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ? ਆਪਸ਼ਨ ਹੈ ਜੀ ਰਾਜ ਸਰਕਾਰ, ਬੀ ਹੈ ਜੀ ਕੇਂਦਰ ਸਰਕਾਰ, ਸੀ ਹੈ PWD, ਡੀ ਹੈ ਜੀ ਉਪਰੋਕਤ ਸਾਰੇ। ਤਾਂ ਸਹੀ ਆਂਸਰ ਆਪਸ਼ਨ ਏ ਹੈ ਜੀ, ਇਸ ਤਾਂ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ ਆਪਣਾ 10 ਹੈ ਜੀ, ਸਰਕਾਰ ਰਾਹੀਂ ਪ੍ਰਸਤਾਵਿਤ ਆਮਦਨ ਅਤੇ ਖਰਚਿਆਂ ਦਾ ਸਾਲਾਨਾ ਬਿਊਰਾ ਅਖਵਾਉਂਦਾ ਹੈ ਜੀ। ਆਪਸ਼ਨ ਹੈ ਜੀ ਰਾਸ਼ਟਰੀ ਆਮਦਨ, ਬੀ ਹੈ ਜੀ ਬੱਚਤ, ਸੀ ਹੈ ਸਰਕਾਰੀ ਬਜਟ, ਡੀ ਹੈ ਜੀ ਔਸਤ ਬੱਚਤ ਪ੍ਰਵਿਰਤੀ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਸੀ ਸਰਕਾਰੀ ਬਜਟ। ਨੈਕਸਟ ਹੈ ਜੀ ਕੁਸ਼ਚਨ ਨੰਬਰ 11, ਪ੍ਰਕਿਰਤੀ ਦੇ ਮੁਫਤ ਉਪਹਾਰਾਂ ਨੂੰ ਛੱਡ ਕੇ ਸਭ ਤਰ੍ਹਾਂ ਦੀ ਸੰਪੱਤੀ ਜਿਸ ਤੋਂ ਆਮਦਨ ਹੁੰਦੀ ਹੈ ਕਹਿਲਾਉਂਦੀ ਹੈ? ਆਪਸ਼ਨ ਏ ਹੈ ਜੀ ਮੁਦਰਾ, ਬੀ ਹੈ ਜੀ ਪੂੰਜੀ, ਸੀ ਹੈ ਕੀਮਤ, ਡੀ ਹੈ ਜੀ ਧਨ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਬੀ ਜੀ ਪੂੰਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ ਆਪਣਾ 12, ਗਲੇਸ਼ੀਅਰ ਦੇ ਪਿਘਲਣ ਤੋਂ ਬਾਅਦ ਇਸ 'ਤੇ ਪਾਣੀ ਦੀ ਮਾਰ ਹੇਠ ਆਉਣ ਵਾਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਜੀ? ਆਪਸ਼ਨ ਏ ਹੈ ਜੀ ਗਰਾਊਂਡ ਮੋਰਨੇ, ਬੀ ਹੈ ਜੀ ਪਿਡਮਾਂਟ, ਸੀ ਹੈ ਜੀ ਅਪਖੇਪ ਮੈਦਾਨ, ਡੀ ਹੈ ਜੀ ਯਾਰਡਿੰਗ। ਤਾਂ ਇਸਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਸੀ ਹੈ ਜੀ ਅਪਖੇਪ ਮੈਦਾਨ ਕਹਿੰਦੇ ਨੇ ਜੀ, ਗਲੇਸ਼ੀਅਰ ਦੇ ਪਿਘਲਣ ਤੋਂ ਬਾਅਦ ਇਸ 'ਤੇ ਪਾਣੀ ਦੀ ਮਾਰ ਹੇਠ ਜਿਹੜਾ ਇਲਾਕਾ ਆ ਜਾਂਦਾ ਜੀ ਉਸਨੂੰ। ਗਲੇਸ਼ੀਅਰ ਜਿਹੜਾ ਬਰਫ਼ ਦਾ ਇੱਕ ਅਜਿਹਾ ਸਮੂਹ ਹੁੰਦਾ ਹੈ ਜੀ ਜੋ ਆਪਣੀ ਬਣਨ ਵਾਲੀ ਥਾਂ ਤੋਂ ਦੂਰ ਗੁਰਤਾ ਅਤੇ ਪ੍ਰਿਥਵੀ ਗਿੱਲੀ ਹੋਣ ਤੋਂ ਮਗਰੋਂ ਜਿਹੜਾ ਤਿਲਕੇ ਇੱਕ ਪਾਸੇ ਨੂੰ ਖਿਸਕ ਜਾਂਦਾ ਜੀ, ਔਰ ਗਲੇਸ਼ੀਅਰ ਦਾ ਪਾਣੀ ਦਾ ਅੰਦਰਲਾ ਭਾਗ ਬਾਹਰਲੇ ਭਾਗ ਤੋਂ ਕਈ ਗੁਣਾ ਵੱਡਾ ਹੁੰਦਾ ਹੈ ਜੀ। ਔਰ ਇਸ ਦੇ ਨਾਲ ਹੀ ਦੱਸਦੀ ਕਿ ਗਲੋਬਲ ਵਾਰਮਿੰਗ ਕਰਕੇ ਗਲੇਸ਼ੀਅਰ ਜਿਹੜੇ ਨੇ ਪਿਘਲ ਰਹੇ ਨੇ, ਜਿਸ ਕਰਕੇ ਸਮੁੰਦਰਾਂ ਦਾ ਜਲ ਸਤਰ ਵੱਧ ਰਿਹਾ ਜੀ, ਤਾਪਮਾਨ ਵਧਣ ਕਾਰਨ ਬਾਅਦ ਵਿੱਚ ਇਹ ਜਿਹੜਾ ਜਲ ਸਤਰ ਉਹ ਘਟੇਗੀ। ਨੈਕਸਟ ਹੈ ਜੀ ਕੁਸ਼ਚਨ ਨੰਬਰ ਆਪਣਾ 13 ਹੈ ਜੀ, ਲੈਗੂਨ ਝੀਲਾਂ ਜਾਂ ਮੂੰਗਾ ਚਟਾਨਾਂ ਜਾਂ ਖਾਰੀ ਝੀਲਾਂ ਦਾ ਨਿਰਮਾਣ ਕਿਸ ਨਾਲ ਹੁੰਦਾ ਹੈ ਜੀ? ਆਪਸ਼ਨ ਏ ਹੈ ਜੀ ਸਮੁੰਦਰੀ ਲਹਿਰਾਂ, ਬੀ ਹੈ ਜੀ ਹਿਮਨਦੀਆਂ ਕਾਰਨ, ਸੀ ਹੈ ਜੀ ਜਵਾਰ ਭਾਟਾ ਕਾਰਨ, ਡੀ ਹੈ ਜੀ ਸਮੁੰਦਰੀ ਤੂਫਾਨ ਕਾਰਨ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਏ ਜੀ, ਸਮੁੰਦਰੀ ਲਹਿਰਾਂ ਦੇ ਕਾਰਨ ਜਿਹੜਾ ਹੈ ਇਹਨਾਂ ਦਾ ਜਨਮ ਹੁੰਦਾ ਜੀ, ਨਿਰਮਾਣ ਹੁੰਦਾ ਜੀ ਲੈਗੂਨ ਝੀਲਾਂ ਦਾ, ਮੂੰਗਾ ਚਟਾਨਾਂ ਦਾ ਜਾਂ ਖਾਰੀ ਝੀਲਾਂ ਦਾ। ਨੈਕਸਟ ਹੈ ਜੀ ਕੁਸ਼ਚਨ ਨੰਬਰ ਆਪਣਾ 14 ਹੈ ਜੀ, ਧਰੁਵੀ ਰਿਛ ਜਿਹਨੂੰ ਪੋਲਰ ਬੀਅਰ ਕਹਿੰਦੇ ਨੇ ਔਰ ਪੈਂਗੂਇਨ ਧਰੁਵੀ ਇਲਾਕਿਆਂ ਵਿੱਚ ਕਿਸ ਕਾਰਨ ਜੀਵਿਤ ਰਹਿੰਦੇ ਨੇ ਜੀ?
ਆਪਸ਼ਨ ਏ ਹੈ ਜੀ ਸਫੇਦ ਰੰਗ ਕਾਰਨ, ਬੀ ਹੈ ਜੀ ਪਤਲੀ ਚਮੜੀ ਕਰਕੇ, ਸੀ ਹੈ ਜੀ ਲੰਬੇ ਵਾਲਾਂ ਕਰਕੇ, ਡੀ ਹੈ ਜੀ ਸੀ ਤਰੋਧਕ ਸਰੀਰ ਕਰਕੇ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਡੀ ਜੀ, ਸ਼ੀਤਰੋਧਕ ਸਰੀਰ ਦੇ ਕਾਰਨ ਜਿਹੜੇ ਇਹ ਜਾਂਦੇ ਰਹਿੰਦੇ ਨੇ ਜੀ। ਉੱਤਰੀ ਧਰੁਵ ਅਤੇ ਦੱਖਣੀ ਧਰੁਵ ਵਿੱਚ ਰਹਿਣ ਵਾਲੇ ਨੇ ਜੀ ਇਹ ਧਰੁਵੀ ਰਿਸ਼ ਨੇ ਜਿਹੜੇ ਜੀ, ਔਰ ਇਹਨਾਂ ਦੇ ਵਾਲਾਂ ਦੀਆਂ ਦੋ ਮੋਟੀਆਂ ਤੈਆਂ ਅਤੇ ਇਹਨਾਂ ਦੀ ਚਮੜੀ ਹੇਠਾਂ ਜਿਹੜੀ ਚਮੜੀ ਦੀ ਇੱਕ ਤੈਅ ਹੁੰਦੀ ਹੈ, ਜਿਸ ਕਰਕੇ ਇਹਨਾਂ ਦਾ ਸਰੀਰ ਸ਼ੀਤਰੋਧੀ ਹੁੰਦਾ ਹੈ ਜੀ। ਅਤੇ ਆਸਾਨੀ ਨਾਲ ਇਹ ਧਰੁਵਾਂ 'ਤੇ ਰਹਿੰਦੇ ਨੇ ਜੀ। ਆਪਣੇ ਸਰੀਰ ਨੂੰ ਠੰਡਾ ਰੱਖਣ ਲਈ ਇਹ ਗਰਮ ਮੌਸਮ ਵਿੱਚ ਸਮੁੰਦਰੀ ਪਾਣੀ ਦੇ ਵਿੱਚ ਤੈਰਦੇ ਰਹਿੰਦੇ ਨੇ ਜੀ। ਪੈਂਗੂਇਨ ਜਿਹੜੇ ਨੇ ਮੋਟੀ ਚਮੜੀ, ਬਹੁਤ ਜ਼ਿਆਦਾ ਚਰਬੀ ਅਤੇ ਝੁੰਡ ਵਿੱਚ ਰਹਿਣ ਕਰਕੇ ਧਰੁਵੀ ਖੇਤਰਾਂ ਦੇ ਵਿੱਚ ਆਸਾਨੀ ਨਾਲ ਰਹਿੰਦੇ ਨੇ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ 15, ਕਿੰਨੇ ਸੈਂਟੀਮੀਟਰ ਤੋਂ ਘੱਟ ਵਰਖਾ ਵਾਲੇ ਖੇਤਰਾਂ ਨੂੰ ਸੋਕਾ ਗ੍ਰਸਤ ਘੋਸ਼ਿਤ ਕੀਤਾ ਜਾਂਦਾ ਜੀ? ਆਪਸ਼ਨ ਹੈ ਜੀ 50 ਸੈਂਟੀਮੀਟਰ, ਬੀ ਹੈ ਜੀ 75 ਸੈਂਟੀਮੀਟਰ, ਸੀ ਹੈ ਜੀ 30 ਸੈਂਟੀਮੀਟਰ, ਡੀ ਹੈ ਜੀ 25 ਸੈਂਟੀਮੀਟਰ। ਤਾਂ ਇਸਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਬੀ ਹੈ ਜੀ 75 ਸੈਂਟੀਮੀਟਰ ਤੋਂ ਜਿੱਥੇ ਘੱਟ ਵਰਖਾ ਹੁੰਦੀ ਹੈ ਜੀ। ਸੋ ਸਿੰਚਾਈ ਕਮਿਸ਼ਨ 1972 ਨੇ ਜਿਹੜਾ ਹੈ 1972 ਈਸਵੀ 'ਚ ਸਿੰਚਾਈ ਕਮਿਸ਼ਨ ਨੇ 75 ਸੈਂਟੀਮੀਟਰ ਤੋਂ ਘੱਟ ਵਰਖਾ ਵਾਲੇ ਜਿਹੜੇ ਖੇਤਰ ਨੇ ਉਹਨਾਂ ਨੂੰ ਸੋਕਾ ਗ੍ਰਸਤ ਕਰਨ ਦਾ ਐਲਾਨ ਕੀਤਾ ਸੀ। ਔਰ ਸਾਲਾਨਾ ਔਸਤ ਵਰਖਾ ਦੇ ਆਧਾਰ 'ਤੇ ਜਿਹੜਾ ਸੋਕਾ ਤਿੰਨ ਕਿਸਮ ਦਾ ਹੁੰਦਾ ਜੀ, ਘੱਟ ਸੋਕਾ 75% ਤੋਂ ਘੱਟ ਵਰਖਾ, ਔਸਤ ਸੋਕਾ 70% ਤੋਂ ਘੱਟ ਵਰਖਾ, ਔਰ ਜੇਕਰ ਆਪਾਂ ਗੱਲ ਕਰੀਏ ਗੰਭੀਰ ਭਰਪੂਰ ਸੋਕਾ ਤਾਂ ਉਹ ਹੁੰਦਾ ਜੀ 50% ਤੋਂ ਜਿੱਥੇ ਘੱਟ ਵਰਖਾ ਹੁੰਦੀ ਹੈ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ ਆਪਣਾ 16 ਜੀ, ਕੇਂਦਰ ਸਰਕਾਰ ਨੇ ਹੜ੍ਹਾਂ 'ਤੇ ਕਾਬੂ ਪਾਉਣ ਲਈ ਕੇਂਦਰੀ ਜਲ ਊਰਜਾ ਕਮਿਸ਼ਨ ਕਦੋਂ ਬਣਾਇਆ? ਆਪਸ਼ਨ ਏ ਜੀ 1556, ਬੀ ਏ ਜੀ 1965, ਸੀ ਏ ਜੀ 1954, ਡੀ ਹੈ ਜੀ 1984। ਸਹੀ ਆਂਸਰ ਹੈ ਜੀ ਆਪਸ਼ਨ ਸੀ 1954 ਈਸਵੀ ਦੇ ਵਿੱਚ ਬਣਾਇਆ ਸੀ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ 17, ਪਹਾੜੀ ਖੇਤਰ ਮੈਦਾਨੀ ਖੇਤਰਾਂ ਨਾਲੋਂ ਠੰਡੇ ਹੁੰਦੇ ਹਨ, ਜਿਵੇਂ ਸ਼ਿਮਲਾ ਚੰਡੀਗੜ੍ਹ ਤੋਂ ਜਿਹੜਾ ਠੰਡਾ ਜੀ, ਕਾਰਨ ਦੱਸੋ ਜੀ। ਸਮੁੰਦਰੀ ਤਲ ਤੋਂ ਉਚਾਈ ਕਰਕੇ, ਬੀ ਹੈ ਜੀ ਸਮੁੰਦਰ ਤੋਂ ਦੂਰ ਹੋਣ ਕਰਕੇ, ਸੀ ਹੈ ਜੀ ਸਮੁੰਦਰੀ ਧਰਾਵਾਂ ਕਰਕੇ, ਡੀ ਹੈ ਜੀ ਜ਼ਮੀਨ ਦੀ ਢਲਾਣ ਕਰਕੇ ਜੀ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਏ। ਸੋ ਸਮੁੰਦਰੀ ਤਲ ਤੋਂ ਉਚਾਈ ਕਰਕੇ, ਜਿੰਨਾ ਕੋਈ ਸਮੁੰਦਰੀ ਤਲ ਤੋਂ ਖੇਤਰ ਜਿਹੜਾ ਉੱਚਾ ਹੋਵੇਗਾ ਉਨਾ ਉਹ ਜ਼ਿਆਦਾ ਠੰਡਾ ਹੋਵੇਗਾ। ਨੈਕਸਟ ਹੈ ਜੀ ਕੁਸ਼ਚਨ ਨੰਬਰ 18, ਨਵ ਪੱਥਰ ਯੁੱਗ ਕਲੀਨ ਸਥਾਨ ਤੋਂ ਮਨੁੱਖ ਅਤੇ ਬੱਕਰੀ ਦੀ ਇਕੱਠੀ ਕਬਰ ਪ੍ਰਾਪਤ ਹੋਈ ਹੈ ਜੀ ਕਿਸ ਸਥਾਨ ਤੋਂ? ਆਪਸ਼ਨ ਏ ਹੈ ਜੀ ਮਹਾਂਗੜਾ, ਬੀ ਹੈ ਜੀ ਮਿਹਰਗੜ੍ਹ ਤੋਂ, ਸੀ ਹੈ ਜੀ ਚਿਰਾਂਦ ਤੋਂ, ਡੀ ਹੈ ਜੀ ਕਿਤੋਂ ਨਹੀਂ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਬੀ ਜੀ ਮਿਹਰਗੜ੍ਹ ਤੋਂ। ਔਰ ਨਵ ਪੱਥਰ ਯੁੱਗ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਜਿਹੜੀ 10,000 ਸਾਲ ਪਹਿਲਾਂ ਮੰਨੀ ਗਈ ਹੈ ਜੀ। ਔਰ ਨਵ ਪੱਥਰ ਯੁੱਗ ਦੇ ਮਨੁੱਖ ਨੇ ਮਿੱਟੀ ਦੇ ਬਰਤਨ ਬਣਾਉਣੇ, ਕੱਪੜੇ ਬੁਣਨੇ, ਭੋਜਨ ਸੰਗ੍ਰਹਿ ਕਰਨਾ, ਪਸ਼ੂ ਪਾਲਣ ਆਦਿ ਜਿਹੜਾ ਸਿੱਖ ਲਿਆ ਸੀ। ਮਿਹਰਗੜ੍ਹ ਦੀ ਜੇਕਰ ਗੱਲ ਕਰੀਏ ਤਾਂ ਆਧੁਨਿਕ ਪਾਕਿਸਤਾਨ ਦੇ ਵਿੱਚ ਹੈ ਜੀ, ਜਿੱਥੋਂ ਭੇਡ ਬੱਕਰੀ ਸੂਰ ਹਿਰਨ ਆਦਿ ਜਾਨਵਰਾਂ ਦੇ ਹੱਡੀਆਂ ਜਿਹੜੀਆਂ ਨੇ ਉਹ ਪ੍ਰਾਪਤ ਹੋਈਆਂ ਨੇ। ਔਰ ਮਿਹਰਗੜ੍ਹ ਵਿੱਚ ਜਿਹੜਾ ਐਤਕਾਰ ਅਤੇ ਵਰਗਾਕਾਰ ਘਰਾਂ ਦੇ ਅਵਸ਼ੇਸ਼ ਦੇ ਖੰਡਰ ਵੀ ਮਿਲੇ ਨੇ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ ਆਪਣਾ 19 ਹੈ ਜੀ, ਅਲਾਉਦੀਨ ਖਿਲਜੀ ਬਾਜ਼ਾਰਾਂ ਤੱਕ ਅਨਾਜ ਦੀ ਪੂਰਤੀ ਲਈ ਕਿਸ ਦੀ ਵਰਤੋਂ ਕਰਦਾ ਸੀ ਜੀ? ਆਪਸ਼ਨ ਏ ਜੀ ਟਾਂਡਾ, ਬੀ ਹੈ ਜੀ ਖੇਲ, ਸੀ ਹੈ ਜੀ ਬੰਜਾਰੇ, ਡੀ ਹੈ ਜੀ ਰੱਥ ਕਾਰਾਂ ਦੀ। ਤਾਂ ਇਸਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਸੀ ਹੈ ਜੀ ਬੰਜਾਰੇ ਦੀ ਵਰਤੋਂ ਉਹ ਕਰਦਾ ਸੀ ਜੀ ਬੰਜਾਰਿਆਂ ਦੀ। ਬੰਜਾਰੇ ਜਿਹੜੀ ਹੈ ਸਭ ਤੋਂ ਮਹੱਤਵਪੂਰਨ ਵਪਾਰੀ ਖਾਨਾਬਦੋਸ਼ ਘੁਮੱਕੜ ਲੋਕ ਨੇ ਜੀ। ਬੰਜਾਰਾ ਲੋਕਾਂ ਦੇ ਕਾਰਵਾਂ ਨੂੰ ਜਿਹੜਾ ਹੈ ਟਾਂਡਾ ਕਿਹਾ ਜਾਂਦਾ ਸੀ। ਨੈਕਸਟ ਹੈ ਜੀ ਕੁਸ਼ਚਨ ਨੰਬਰ ਆਪਣਾ 20 ਹੈ ਜੀ, ਰਿਗਵੇਦ ਵਿੱਚ ਸੰਕਲਿਤ ਕੀਤੀਆਂ ਗਈਆਂ ਪ੍ਰਾਰਥਨਾਵਾਂ ਨੂੰ ਕੀ ਕਿਹਾ ਜਾਂਦਾ ਹੈ ਜੀ? ਆਪਸ਼ਨ ਏ ਹੈ ਜੀ ਨਿਸ਼ਦ, ਬੀ ਹੈ ਜੀ ਸੂਤਕ, ਸੀ ਹੈ ਜੀ ਪਾਂਡੂ ਲਿਪੀ, ਡੀ ਹੈ ਜੀ ਗਦ ਅਤੇ ਪਦ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਬੀ, ਸੂਤਕ ਕਿਹਾ ਜਾਂਦਾ ਜੀ। ਰਿਗਵੇਦ ਜਿਹੜਾ ਸਭ ਤੋਂ ਪੁਰਾਣਾ ਵੇਦ ਹੈ ਜੀ ਚਾਰਾਂ ਦੇ ਵਿੱਚੋਂ, ਔਰ ਇਸਦੀ ਜਿਹੜੀ ਰਚਨਾ ਅੱਜ ਤੋਂ ਲਗਭਗ 3500 ਸਾਲ ਪਹਿਲਾਂ ਕੀਤੀ ਗਈ ਮੰਨੀ ਗਈ ਹੈ ਜੀ। ਔਰ ਰਿਗਵੇਦ ਵਿੱਚ ਜਿਹੜਾ 1000 ਤੋਂ ਵੱਧ ਜਿਹੜੀਆਂ ਪ੍ਰਾਰਥਨਾਵਾਂ ਨੇ ਜੀ, ਜਿਨ੍ਹਾਂ ਨੂੰ ਸੂਤਕ ਕਿਹਾ ਜਾਂਦਾ ਜੀ। ਔਰ ਸੂਤਕ ਦਾ ਅਰਥ ਹੈ ਚੰਗੀ ਤਰ੍ਹਾਂ ਨਾ ਬੋਲਿਆ ਗਿਆ। ਨੈਕਸਟ ਹੈ ਜੀ ਕੁਸ਼ਚਨ ਨੰਬਰ ਹੈ ਜੀ 21, ਨਾ ਮਿਲਵਰਤਨ ਅੰਦੋਲਨ ਦੇ ਤਹਿਤ ਮਹਾਤਮਾ ਗਾਂਧੀ ਨੇ ਆਪਣੀ ਕਿਹੜੀ ਉਪਾਧੀ ਦਾ ਤਿਆਗ ਕੀਤਾ ਸੀ ਜੀ? ਆਪਸ਼ਨ ਏ ਹੈ ਜੀ ਕੇਸਰ ਹਿੰਦ, ਬੀ ਹੈ ਜੀ ਨਾਈਟਹੁੱਡ, ਸੀ ਹੈ ਜੀ ਸਰ, ਡੀ ਹੈ ਜੀ ਉਪਰੋਕਤ ਸਾਰੇ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਏ, ਕੇਸਰ ਹਿੰਦ ਦੀ ਜਿਹੜੀ ਪਦਵੀ ਉਹ ਵਾਪਸ ਉਪਾਧੀ ਉਹ ਵਾਪਸ ਕੀਤੀ ਸੀ। ਨੈਕਸਟ ਹੈ ਜੀ ਕੁਸ਼ਚਨ ਨੰਬਰ ਆਪਣਾ 22, ਬਕਸਰ ਦਾ ਯੁੱਧ ਕਿਹੜੀ ਸੰਧੀ ਨਾਲ ਖਤਮ ਹੋਇਆ ਜੀ? ਆਪਸ਼ਨ ਹੈ ਜੀ ਚੰਦਰਨਗਰ ਦੀ ਸੰਧੀ, ਬੀ ਹੈ ਜੀ ਅਲੀਨਗਰ ਦੀ ਸੰਧੀ, ਸੀ ਹੈ ਜੀ ਇਲਾਹਾਬਾਦ ਦੀ ਸੰਧੀ, ਡੀ ਹੈ ਜੀ ਬੰਗਾਲ ਦੀ ਸੰਧੀ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਸੀ ਹੈ ਜੀ ਇਲਾਹਾਬਾਦ ਦੀ ਸੰਧੀ, ਜਿਹੜੀ 1965 ਦੇ ਵਿੱਚ ਹੋਈ ਸੀ ਉਸ ਦੇ ਨਾਲ ਇਹ ਯੁੱਧ ਖਤਮ ਹੋਇਆ ਸੀ।
ਔਰ ਬਕਸਰ ਦਾ ਜਿਹੜਾ ਯੁੱਧ ਹੈ ਉਹ ਅੰਗਰੇਜ਼ਾਂ ਔਰ ਮੀਰ ਕਾਸਮ ਸਜਾਉਦੌਲਾ ਸ਼ਾਹ ਆਲਮ ਦੂਸਰਾ ਜੋ ਉਸ ਸਮੇਂ ਮੁਗਲ ਬਾਦਸ਼ਾਹ ਸੀ ਉਹਨਾਂ ਦੀਆਂ ਸੈਨਾਵਾਂ ਦੇ ਵਿਚਕਾਰ ਹੋਇਆ ਸੀ ਜੀ 22 ਅਕਤੂਬਰ 1764 ਨੂੰ ਜੀ, ਜਿਸ ਦੇ ਵਿੱਚ ਅੰਗਰੇਜ਼ ਜੇਤੂ ਰਹੇ ਸੀ ਔਰ ਅਲਾਹਾਬਾਦ ਦੀ ਸੰਧੀ ਨਾਲ ਇਹ ਜਿਹੜਾ ਯੁੱਧ ਖਤਮ ਹੋਇਆ ਸੀ। ਅਲਾਹਾਬਾਦ ਦੀ ਸੰਧੀ ਦੇ ਵਿੱਚ ਪ੍ਰਮੁੱਖ ਤੌਰ 'ਤੇ ਇਹ ਸੀ ਕਿ ਸਿਰਾਜੁਦੌਲਾ ਨੂੰ 50 ਲੱਖ ਰੁਪਏ ਬਦਲੇ ਅੰਗਰੇਜ਼ਾਂ ਨੇ ਅਵਧ ਦਾ ਇਲਾਕਾ ਵਾਪਸ ਕੀਤਾ ਜੀ ਔਰ ਕੰਪਨੀ ਨੂੰ ਅਵਧ ਵਿੱਚ ਬਿਨਾਂ ਕਰ ਦੇ ਵਪਾਰ ਕਰਨ ਦੀ ਆਗਿਆ ਮਿਲੀ ਸੀ ਜੀ, ਔਰ ਨਵਾਬ ਅਵਧ ਵਿੱਚ ਜਿਹੜਾ ਅੰਗਰੇਜ਼ੀ ਸੈਨਾ ਰੱਖੇਗਾ ਉਹ ਵੀ ਆਪਣੇ ਖਰਚ 'ਤੇ, ਔਰ ਅੰਗਰੇਜ਼ਾਂ ਨੇ ਮੁਗਲ ਬਾਦਸ਼ਾਹ ਸ਼ਾਹ ਆਲਮ ਨੂੰ 26 ਲੱਖ ਰੁਪਏ ਜਿਹੜੀ ਸਾਲਾਨਾ ਪੈਨਸ਼ਨ ਹੈ ਉਹ ਦਿੱਤੀ ਸੀ ਜੀ। ਔਰ ਸ਼ਾਹ ਆਲਮ ਨੇ ਬੰਗਾਲ, ਬਿਹਾਰ, ਉੜੀਸਾ ਦੀ ਜਿਹੜੀ ਦੀਵਾਨੀ ਦੇ ਅਧਿਕਾਰ ਨੇ ਅਤੇ ਭੂਮੀ ਲਗਾਨ ਪ੍ਰਾਪਤ ਕਰਨ ਦੇ ਅਧਿਕਾਰ ਅੰਗਰੇਜ਼ਾਂ ਨੂੰ ਦਿੱਤੇ ਸੀ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ ਆਪਣਾ 23 ਹੈ ਜੀ, ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਨੀਤੀ ਨਿਰਦੇਸ਼ਕ ਸਿਧਾਂਤ ਮੌਲਿਕ ਅਧਿਕਾਰਾਂ ਵਾਂਗ ਨਿਆਂ ਯੋਗ ਨਹੀਂ ਹਨ ਜੀ? ਅਨੁਛੇਦ 35 ਬੀ ਹੈ ਜੀ, 36 ਸੀ ਹੈ ਜੀ, ਅਨੁਛੇਦ 37 ਡੀ ਹੈ ਜੀ, ਅਨੁਛੇਦ 38। ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਸੀ, ਅਨੁਛੇਦ 37 ਦੇ ਤਹਿਤ ਜਿਹੜਾ ਕਿਹਾ ਗਿਆ ਕਿ ਸੰਵਿਧਾਨ ਦੇ ਜਿਹੜੇ ਇਹ ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਜੀ ਮੌਲਿਕ ਅਧਿਕਾਰਾਂ ਦੇ ਵਾਂਗ ਨਿਆਂ ਯੋਗ ਨਹੀਂ ਹਨ। ਰਾਜ ਦੀ ਜਿਹੜੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਜੀ ਇਹਨਾਂ ਦਾ ਸੰਵਿਧਾਨ ਦੇ ਭਾਗ 4 ਦੇ ਵਿੱਚ ਜੀ, ਸੋ 4 ਭਾਗ ਦੇ ਵਿੱਚ ਅਨੁਛੇਦ 36 ਤੋਂ 51 ਦੇ ਵਿੱਚ ਜਿਹੜਾ ਇਹਨਾਂ ਦਾ ਜ਼ਿਕਰ ਹੈ ਉਹ ਕੀਤਾ ਗਿਆ। ਨੈਕਸਟ ਹੈ ਜੀ ਕੁਸ਼ਚਨ ਨੰਬਰ 24 ਹੈ ਜੀ, ਪਾਲ ਵੰਸ਼, ਗੁਰਜਰ, ਪ੍ਰਤੀਹਾਰ ਵੰਸ਼ ਅਤੇ ਰਾਸ਼ਟਰਕੂਟ ਵੰਸ਼ਾਂ ਵਿਚਕਾਰ, ਸ਼ਾਸਕਾਂ ਵਿਚਕਾਰ 200 ਸਾਲਾਂ ਤੱਕ ਕਿਸ ਲਈ ਸੰਘਰਸ਼ ਜਾਰੀ ਰਿਹਾ ਜੀ? ਆਪਸ਼ਨ ਹੈ ਜੀ ਕਲਿੰਜਰ ਲਈ, ਬੀ ਹੈ ਜੀ ਖਾਨਦੇਸ਼ ਲਈ, ਸੀ ਹੈ ਜੀ ਕਲਿੰਗ ਲਈ, ਡੀ ਹੈ ਜੀ ਕਨੌਜ ਲਈ। ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਡੀ, ਕਨੌਜ ਦੇ ਲਈ ਜਿਹੜਾ ਇਹਨਾਂ ਦੇ ਵਿੱਚ ਸੰਘਰਸ਼ ਚੱਲਦਾ ਰਿਹਾ ਜੀ। ਰਾਜਾ ਹਰਸ਼ਵਰਧਨ ਦੀ ਰਾਜਧਾਨੀ ਸੀ ਜੀ ਕਨੌਜ, ਔਰ ਇਸ ਉੱਤੇ ਜਿੱਤ ਪ੍ਰਾਪਤ ਕਰਨਾ ਪ੍ਰਭੂਸੱਤਾ ਦਾ ਤਾਕਤ ਦਾ ਚਿੰਨ੍ਹ ਮੰਨਿਆ ਜਾਂਦਾ ਸੀ। ਕਨੌਜ ਦੀ ਸਥਿਤੀ ਅਜਿਹੀ ਸੀ ਕਿ ਜਿਹੜਾ ਵੀ ਇਸ ਉੱਤੇ ਕਬਜ਼ਾ ਕਰਦਾ ਸੀ ਸਾਰੀ ਗੰਗਾ ਵਾਦੀ 'ਤੇ ਕਬਜ਼ਾ ਕਰ ਲਿਆ ਸੀ, ਜਿਸ ਕਰਕੇ ਜਿਹੜਾ ਪਾਲ, ਗੁਰਜਰ, ਪ੍ਰਤੀਹਾਰ, ਰਾਸ਼ਟਰਕੂਟ ਜਿਹੜੇ ਵੰਸ਼ ਨੇ ਉਹਨਾਂ ਦੇ ਵਿਚਕਾਰ ਕਨੌਜ ਲਈ ਸੰਘਰਸ਼ ਸ਼ੁਰੂ ਹੋ ਗਿਆ ਔਰ 200 ਸਾਲ ਤੱਕ ਇਹ ਚੱਲਦਾ ਰਿਹਾ ਔਰ ਤਿੰਨਾਂ ਵੰਸ਼ਾਂ ਨੂੰ ਜਿਹੜਾ ਇਸ ਸੰਘਰਸ਼ ਨੇ ਕਮਜ਼ੋਰ, ਆਰਥਿਕ ਪੱਖੋਂ ਕਮਜ਼ੋਰ ਜਿਹੜਾ ਉਹ ਕਰਤਾ ਸੀ। ਕੁਸ਼ਚਨ ਨੰਬਰ ਅੱਗੇ ਹੈ ਜੀ 25, ਮੁਗਲ ਕਾਲ ਸਮੇਂ ਡਿਪਟੀ ਕਮਿਸ਼ਨਰ ਨੂੰ ਕੀ ਕਿਹਾ ਜਾਂਦਾ ਸੀ ਜੀ? ਆਪਸ਼ਨ ਹੈ ਜੀ ਜਗੀਰਦਾਰ, ਬੀ ਹੈ ਜੀ ਕਲੈਕਟਰ, ਸੀ ਹੈ ਜੀ ਸਥਾਨਿਕਾ, ਡੀ ਹੈ ਜੀ ਮਨਸਬਦਾਰ। ਸਹੀ ਆਂਸਰ ਹੈ ਜੀ ਆਪਸ਼ਨ ਡੀ, ਮਨਸਬਦਾਰ ਕਿਹਾ ਜਾਂਦਾ ਸੀ ਜੀ ਮੁਗਲ ਕਾਲ ਸਮੇਂ ਡਿਪਟੀ ਕਮਿਸ਼ਨਰ ਨੂੰ। ਕੁਸ਼ਚਨ ਨੰਬਰ 26 ਹੈ ਜੀ, ਕਿਹੜੇ ਮੁਗਲ ਸ਼ਾਸਕ ਨੇ 1000 ਸਾਲ ਪੁਰਾਣਾ ਇਸਲਾਮ ਦਾ ਇਤਿਹਾਸ ਲਿਖਵਾਇਆ ਜੀ? ਆਪਸ਼ਨ ਏ ਹੈ ਜੀ ਔਰੰਗਜ਼ੇਬ, ਬੀ ਹੈ ਜੀ ਬਾਬਰ, ਸੀ ਹੈ ਅਕਬਰ, ਡੀ ਹੈ ਜੀ ਜਹਾਂਗੀਰ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਸੀ ਜੀ, ਅਕਬਰ ਨੇ ਜਿਹੜਾ ਹੈ ਲਿਖਵਾਇਆ ਸੀ ਔਰ ਉਸਨੇ ਨਕੀਬ ਖਾਂ, ਜਾਫਰ ਬੇਗ ਅਤੇ ਮੁੱਲਾ ਮੁਹੰਮਦ ਨੂੰ ਇਸਦੇ ਲਈ ਨਿਯੁਕਤ ਕੀਤਾ ਸੀ। ਕੁਸ਼ਚਨ ਨੰਬਰ 27 ਹੈ ਜੀ, ਕਿਹੜੇ ਸ਼ਾਸਕ ਨੇ ਬੋਧੀ ਭਿਕਸ਼ੂਆਂ ਨੂੰ ਬੁੱਧ ਧਰਮ ਦੇ ਪ੍ਰਚਾਰ ਲਈ ਮੱਧ ਏਸ਼ੀਆ ਜਿਵੇਂ ਚੀਨ, ਸ਼੍ਰੀਲੰਕਾ, ਬਰਮਾ ਆਦਿ ਦੇ ਵਿੱਚ ਭੇਜਿਆ ਸੀ ਜੀ? ਅਸ਼ੋਕ, ਕਨਿਸ਼ਕ, ਹਰਸ਼ਵਰਧਨ। ਆਪਸ਼ਨ ਡੀ ਹੈ ਜੀ ਏ ਅਤੇ ਬੀ ਦੋਨੋਂ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਡੀ ਜੀ, ਅਸ਼ੋਕ ਔਰ ਕਨਿਸ਼ਕ ਦੋਨਾਂ ਨੇ ਜਿਹੜਾ ਹੈ ਬੋਧੀ ਭਿਕਸ਼ੂਆਂ ਨੂੰ ਬੁੱਧ ਧਰਮ ਦੇ ਪ੍ਰਚਾਰ ਦੇ ਲਈ ਮੱਧ ਏਸ਼ੀਆ, ਚੀਨ, ਸ਼੍ਰੀਲੰਕਾ ਅਤੇ ਬਰਮਾ ਦੇ ਵਿੱਚ ਭੇਜਿਆ ਸੀ। ਕੁਸ਼ਚਨ ਨੰਬਰ ਅੱਗੇ ਹੈ ਜੀ 28, ਫੋਬੋਸ ਅਤੇ ਡਿਮੋਸ ਹਨ। ਆਪਸ਼ਨ ਹੈ ਜੀ ਭਾਰਤੀ ਉਪਗ੍ਰਹਿ, ਬੀ ਹੈ ਜੀ ਨਾਸਾ ਦੀਆਂ ਪ੍ਰਯੋਗਸ਼ਾਲਾ, ਸੀ ਹੈ ਜੀ ਸ਼ਨੀ ਦੇ ਉਪਗ੍ਰਹਿ, ਡੀ ਹੈ ਜੀ ਮੰਗਲ ਦੇ ਉਪਗ੍ਰਹਿ। ਤਾਂ ਸਹੀ ਆਂਸਰ ਹੈ ਜੀ ਆਪਸ਼ਨ ਡੀ ਜੀ, ਦੋਨੋਂ ਜਿਹੜੇ ਨੇ ਫੋਬੋਸ ਅਤੇ ਡਿਮੋਸ ਮੰਗਲ ਦੇ ਉਪਗ੍ਰਹਿ ਨੇ ਜੀ। ਕੁਸ਼ਚਨ ਨੰਬਰ 29 ਹੈ ਜੀ, ਕਿਸ ਨੇ ਭਾਰਤੀ ਸੰਖਿਆ ਪ੍ਰਣਾਲੀ ਅਤੇ ਜ਼ੀਰੋ ਸੰਖਿਆ ਦਾ ਦੁਨੀਆ ਵਿੱਚ ਪ੍ਰਸਾਰ ਕੀਤਾ ਜੀ? ਆਪਸ਼ਨ ਹੈ ਜੀ ਮੁਗਲਾਂ ਨੇ, ਬੀ ਹੈ ਜੀ ਅਰਬਾਂ ਨੇ, ਸੀ ਹੈ ਜੀ ਹੂਣਾਂ ਨੇ, ਡੀ ਹੈ ਜੀ ਯੂਨਾਨੀਆਂ ਨੇ। ਤਾਂ ਸਹੀ ਆਂਸਰ ਹੈ ਜੀ ਆਪਸ਼ਨ ਬੀ, ਅਰਬਾਂ ਨੇ ਜਿਹੜਾ ਹੈ ਭਾਰਤੀ ਸੰਖਿਆ ਪ੍ਰਣਾਲੀ ਅਤੇ ਜ਼ੀਰੋ ਸੰਖਿਆ ਦਾ ਦੁਨੀਆ ਦੇ ਵਿੱਚ ਪ੍ਰਸਾਰ ਕੀਤਾ ਸੀ ਜੀ। ਅਰਬ ਸ਼ਾਸਕਾਂ ਨੇ ਸਿੰਧ ਦੇ ਉੱਤੇ ਜਿਹੜਾ ਸਭ ਤੋਂ ਪਹਿਲਾਂ 712 ਈਸਵੀ ਦੇ ਵਿੱਚ ਮੁਹੰਮਦ ਬਿਨ ਕਾਸਿਮ ਨੇ ਅਧਿਕਾਰ ਕਰ ਲਿਆ ਸੀ ਜੀ, ਔਰ ਇਹ ਮੁਸਲਿਮ ਸ਼ਾਸਕਾਂ ਦਾ ਭਾਰਤ 'ਤੇ ਪਹਿਲਾ ਹਮਲਾ ਸੀ ਜੀ, ਔਰ ਮੁਹੰਮਦ ਬਿਨ ਕਾਸਿਮ ਤੋਂ ਬਾਅਦ ਜਿਹੜਾ ਉਸਦੀ ਅਗਵਾਈ ਦੇ ਵਿੱਚ, ਮੁਹੰਮਦ ਬਿਨ ਕਾਸਿਮ ਦੀ ਅਗਵਾਈ ਦੇ ਵਿੱਚ ਅਰਬਾਂ ਨੇ ਭਾਰਤ ਵਿੱਚ ਕਈ ਵਪਾਰਕ ਬਸਤੀਆਂ ਸਥਾਪਿਤ ਕੀਤੀਆਂ ਜੀ, ਔਰ ਭਾਰਤੀ ਰਚਨਾਵਾਂ ਜਿਸ ਦੇ ਵਿੱਚ ਹਿਸਾਬ, ਚਿਕਿਤਸਾ ਜੀ ਜਿਹਨੂੰ ਆਪਾਂ ਮੈਡੀਕਲ ਕਹਿੰਦੇ ਜੀ, ਸਾਹਿਤ, ਲਿਟਰੇਚਰ, ਜੋਤਿਸ਼ ਆਦਿ ਦਾ ਜਿਹੜਾ ਅਰਬੀ ਭਾਸ਼ਾ ਦੇ ਵਿੱਚ ਅਨੁਵਾਦ ਕਰਾਇਆ ਜੀ, ਜਿਸ ਕਰਕੇ ਭਾਰਤੀ ਸੰਸਕ੍ਰਿਤੀ ਦਾ ਕਾਫੀ ਵਿਕਾਸ ਹੋਇਆ, ਔਰ ਅਰਬਾਂ ਦੇ ਹਮਲਿਆਂ ਨੇ ਹੀ ਇੰਡੋ ਮੁਸਲਿਮ ਸੰਸਕ੍ਰਿਤੀ ਦਾ ਜਿਹੜਾ ਮੁੱਢ ਹੈ ਉਹ ਬੰਨਿਆ ਸੀ। ਨੈਕਸਟ ਹੈ ਜੀ ਕੁਸ਼ਚਨ ਨੰਬਰ 30,
ਕਿਹੜੀਆਂ ਚਟਾਨਾਂ ਦਾ ਨਿਰਮਾਣ ਪਾਣੀ ਵਿੱਚ ਘੁਲੇ ਰਸਾਇਣਿਕ ਤੱਤਾਂ ਤੋਂ ਹੁੰਦਾ ਹੈ ਜੀ? ਆਪਸ਼ਨ ਏ ਜੀ ਅਗਨੀ ਚਟਾਨਾਂ, ਬੀ ਹੈ ਜੀ ਰੂਪਾਂਤਰਿਤ ਚਟਾਨਾਂ, ਸੀ ਹੈ ਜੀ ਪਰਤਦਾਰ ਚਟਾਨਾਂ, ਔਰ ਨੈਕਸਟ ਡੀ ਹੈ ਜੀ ਕੋਈ ਨਹੀਂ। ਔਰ ਪਲੀਜ਼ ਇਸ ਦੇ ਨਾਲ ਹੀ ਰਿਕੁਐਸਟ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰ ਦਿਆ ਕਰੋ ਜੀ, ਜਿਸ ਦੇ ਨਾਲ ਹੋਰ ਵੀਡੀਓ ਬਣਾਉਣ ਦੀ ਮੋਟੀਵੇਸ਼ਨ ਮਿਲਦੀ ਰਹੇ। ਇਸ ਦੇ ਨਾਲ ਹੀ ਕਮੈਂਟ ਕਰਕੇ ਜ਼ਰੂਰ ਦੱਸਦੇ ਕਰੋ ਜੀ ਕਿ ਵੀਡੀਓ ਜਿਹੜੀ ਹੈ ਕਿਸੇ ਤਰੀਕੇ ਨਾਲ ਹੈਲਪਫੁੱਲ ਹੈ, ਕੋਈ ਹੈਲਪ ਮਿਲ ਰਹੀ ਹੈ ਇਸ ਦੇ ਨਾਲ ਪ੍ਰੈਪਰੇਸ਼ਨ ਦੇ ਵਿੱਚ ਜਾਂ ਨਹੀਂ ਜੀ। ਸੋ ਤੁਹਾਡੇ ਕਮੈਂਟ, ਅੱਛੇ ਕਮੈਂਟ ਔਰ ਇਸ ਦੇ ਨਾਲ ਹੀ ਜਿਹੜਾ ਹੈ ਲਾਈਕ ਸ਼ੇਅਰ, ਇਹ ਮੋਟੀਵੇਸ਼ਨ ਨੇ ਜੀ ਸਾਡੇ ਲਈ ਹੋਰ ਵੀਡੀਓ ਬਣਾਉਣ ਦੇ ਲਈ। ਸੋ ਇਸ ਕਰਕੇ ਪਲੀਜ਼ ਜ਼ਰੂਰ ਮੋਟੀਵੇਟ ਕਰਿਆ ਕਰੋ ਜੀ, ਔਰ ਜੇਕਰ ਵਧੀਆ ਲੱਗੇ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ। ਤਾਂ ਇਸਦਾ ਜਿਹੜਾ ਲਾਸਟ ਆਪਣਾ ਕੁਸ਼ਚਨ ਦਾ ਆਨਸਰ ਹੈਗਾ ਜੀ ਆਪਸ਼ਨ ਸੀ ਜੀ, ਪਰਤਦਾਰ ਚਟਾਨਾ ਜੀ। ਔਰ ਪਰਤਦਾਰ ਚਟਾਨਾ ਪਾਣੀ, ਹਵਾ ਅਤੇ ਬਰਫ਼ ਦੁਆਰਾ ਲਿਆਂਦੇ ਕਣਾਂ ਅਤੇ ਜੰਮਣ ਨਾਲ ਬਣਦੀਆਂ ਨੇ ਜੀ, ਔਰ ਇਹਨਾਂ ਨੂੰ ਕਾਰਬਨਿਕ ਚਟਾਨਾ ਵੀ ਕਿਹਾ ਜਾਂਦਾ ਕਿਉਂਕਿ ਇਹ ਚਟਾਨਾ ਬਨਸਪਤੀ ਜੀਵ ਜੰਤੂਆਂ ਆਦਿ ਦੇ ਦੱਬ ਜਾਣ ਤੋਂ ਵੀ ਬਣੀਆਂ ਹੁੰਦੀਆਂ ਨੇ, ਔਰ ਇਹਨਾਂ ਤੋਂ ਕੋਇਲਾ, ਡੋਲੋਸਾਈਟ, ਚੂਨਾ ਆਦਿ ਜਿਹੜਾ ਪ੍ਰਾਪਤ ਹੁੰਦਾ ਜੀ। ਸੋ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ। ਸੋ ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ ਜੀ।